ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਲੈ ਕੇ ਲਗਾਤਾਰ ਸਿੱਖ ਹਲਕਿਆਂ ਵਿੱਚ ਵਿਰੋਧ ਵੱਧਦਾ ਜਾ ਰਿਹਾ। ਸਿੱਖ ਵਿਦਵਾਨ ਅਤੇ ਪ੍ਰਚਾਰਕ ਹਰਜਿੰਦਰ ਸਿੰਘ ਸਬਰਾ ਨੇ ਵੀ ਕਿਹਾ ਕਿ ਅਸੀਂ ਨਾਨਕ ਸ਼ਾਹ ਫਕੀਰ ਫਿਲਮ ਦਾ ਵਿਰੋਧ ਕਰਦੇ ਹਾਂ। ਉਹਨਾਂ ਕਿਹਾ ਕਿ ਫਿਲਮ ਨਾਨਕ ਸ਼ਾਹ ਫਕੀਰ ਦਾ ਸਿੱਖ ਜਥੇਬੰਦੀਆਂ, ਪ੍ਰਚਾਰਕਾਂ, ਸਿੱਖ ਵਿਦਵਾਨਾਂ ਅਤੇ ਸੰਗਤ ਵੱਲੋਂ ਦੂਸਰੀ ਵਾਰ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ। ਪਹਿਲੀ ਵਾਰ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਜਿਸ ਤਰ੍ਹਾਂ ਫਿਲਮ ਨਿਰਮਾਤਾ ਨੇ ਕੁਝ ਸਮਾਂ ਚੁੱਪ ਧਾਰ ਲਈ ਸੀ, ਲੱਗ ਰਿਹਾ ਸੀ ਜਿਵੇਂ ਗੱਲ ਖਤਮ ਹੋ ਗਈ ਹੈ। ਹੁਣ ਜਦੋਂ ਦੂਸਰੀ ਵਾਰ ਇਸ ਫਿਲਮ ਨੂੰ ਦਰਸ਼ਕਾਂ ਨੂੰ ਵਿਖਾਉਣ ਦਾ ਕੰਮ ਵੱਡੀ ਪੱਧਰ 'ਤੇ ਆਰੰਭਿਆ ਗਿਆ ਹੈ ਤਾਂ ਇਸ ਵਿੱਚ ਸ਼ੱਕ ਦੀ ਕਸਰ ਨਹੀਂ ਰਹਿ ਜਾਂਦੀ ਕਿ ਫਿਲਮ ਨਿਰਮਾਤਾ ਵੱਲੋਂ ਇੰਨਾ ਸਮਾਂ ਆਪਣੇ ਕੰਮ ਦੀ ਪੂਰਤੀ ਲਈ ਗੰਢ ਧੁੱਪ ਕੀਤੀ ਗਈ ਹੈ। ਫਿਲਮ ਨਿਰਮਾਤਾ ਆਪਣੀ ਵਪਾਰਕ ਹਿੱਤ ਦੀ ਪੂਰਤੀ ਆਦਿਕਾਂ ਕਾਰਨਾਂ ਕਰਕੇ ਵੱਡਾ ਮੋਹਰਾ ਬਣਿਆ ਹੋਇਆ। ਇਸ ਫਿਲਮ ਵਿੱਚ ਵੱਖ ਵੱਖ ਕਿਰਦਾਰ ਨਿਭਾਉਣ ਵਾਲਿਆਂ ਦੇ ਨਾਂ ਅਤੇ ਆਮ ਜੀਵਨ ਦੀਆਂ ਤਸਵੀਰਾਂ ਲੋਕਾਂ ਸਾਹਮਣੇ ਜਨਤਕ ਸੰਚਾਰ ਸਾਧਨਾਂ ਫੇਸਬੁੱਕ, ਵਟਸਐਪ ਅਤੇ ਵੈਬਸਾਈਟਾਂ 'ਤੇ ਲੋਕਾਂ ਸਾਹਮਣੇ ਆ ਰਹੀਆਂ ਹਨ। ਇਹਨਾਂ ਅਦਾਕਾਰਾਂ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਫਿਲਮਾਂ ਵਿੱਚ ਕਿਰਦਾਰ ਨਿਭਾਉਣੇ ਉਹਨਾਂ ਦਾ ਪੇਸ਼ਾ ਹੈ। ਇਸ ਸਭ ਵਰਤਾਰੇ ਵਿੱਚ ਫਿਲਮ ਦਾ ਮੁੱਖ ਨਿਰਮਾਤਾ ਹਰਿੰਦਰ ਸਿੰਘ ਸਿੱਖਾ ਇੱਕ ਸਿੱਖ ਦਿੱਖ ਵਾਲਾ ਵਿਅਕਤੀ ਹੈ ਅਤੇ ਫਿਲਮ ਦੀ ਮਨਜ਼ੂਰੀ ਲਈ ਹਾਂ ਕਹਿਣ ਵਾਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਹਨ ਅਤੇ ਆਪਣੀ ਰੱਦੀ ਕੰਮਾਂ ਮੁਤਾਬਕ ਅਕਾਲ ਤਖ਼ਤ ਦਾ ਜਥੇਦਾਰ ਇਸ ਲਈ ਅਸੀਸਾਂ ਦੇ ਚੁੱਕਾ ਹੈ। ਹੁਣ ਭਾਵੇਂ ਸੂਚਨਾ ਮੰਤਰੀ ਅਤੇ ਗ੍ਰਹਿ ਮੰਤਰੀ ਆਦਿਕਾਂ ਨੂੰ ਚਿੱਠੀਆਂ ਲਿਖਣ ਦੀ ਲਕੀਰ ਕੁੱਟਣ ਵਾਲਾ ਕੰਮ ਕੀਤਾ ਜਾ ਰਿਹਾ ਤਾਂ ਜੋ ਸਿੱਖਾਂ ਵੱਲੋਂ ਕੀਤੇ ਜਾ ਰਹੇ ਫਿਲਮ ਦੇ ਵਿਰੋਧ ਵਿੱਚ ਵੀ ਥੋੜ੍ਹਾ ਹਿੱਸਾ ਪੈ ਜਾਵੇ। ਹਾਲਾਂਕਿ ਸੁਖਦੇਵ ਸਿੰਘ ਪੌਰ ਹੋਰਾਂ ਦਾ ਬਿਆਨ ਇਹਨਾਂ ਧਾਰਮਿਕ ਮੁਖੀਆਂ ਦੀ ਨਿਗਰੀ ਆਤਮਾ ਦਾ ਪਾਜ ਉਖੇੜ ਚੁੱਕਾ ਹੈ। ਇਸ ਸਮੁੱਚੇ ਵਰਤਾਰੇ ਵਿੱਚ ਸਿੱਖਾਂ ਦੇ ਆਗੂ ਅਖਾਉਣ ਵਾਲੇ ਅਤੇ ਪੰਥ ਖਤਰੇ ਦੀ ਦੁਹਾਈ ਦੇਣ ਵਾਲੇ ਬਹੁ ਗਿਣਤੀ ਆਗੂ ਤਮਾਸ਼ਬੀਨਾਂ ਵਾਂਗ ਦੇਖ ਰਹੇ ਹਨ। ਫਿਲਮ ਦੇ ਵਿਰੋਧ ਦਾ ਕਾਰਨ ਗੁਰੂ ਨਾਨਕ ਸਾਹਿਬ ਜੀ, ਬੇਬੇ ਨਾਨਕ ਜੀ ਵਰਗੇ ਅਹਿਮ ਸਤਿਕਾਰਯੋਗ ਕਿਰਦਾਰਾਂ ਦਾ ਪਰਦੇ 'ਤੇ ਫਿਲਮਾਂਕਣ ਕਲਾਕਾਰਾਂ ਵੱਲੋਂ ਕੀਤੇ ਜਾਣ ਬਾਰੇ ਹੈ। ਇਸ ਨਾਲ ਵੱਡੀ ਖੁੱਲ੍ਹਦਾ ਮਾਹੌਲ ਤਿਆਰ ਹੋ ਜਾਵੇਗਾ। ਕੋਈ ਅੱਤ ਕਥਨੀ ਨਹੀਂ ਹੈ ਕਿ ਨਾਟਕਾਂ ਡਰਾਮਿਆਂ ਵਿੱਚ ਰੰਗਮੰਚਾਂ 'ਤੇ ਗੁਰੂ ਸਾਹਿਬਾਂ ਦੇ ਕਿਰਦਾਰ ਕਲਾਕਾਰਾਂ ਵੱਲੋਂ ਪੇਸ਼ ਕਰਕੇ ਉਹਨਾਂ ਨੂੰ ਮਖੌਲ ਦਾ ਪਾਤਰ ਬਣਾਇਆ ਜਾਵੇਗਾ। ਅਜਿਹੇ ਵਿੱਚ ਜ਼ਰੂਰੀ ਹੈ ਕਿ ਇਸ ਦਾ ਬਾਨਣ ਬਣਨ ਵਾਲੇ ਲੋਕਾਂ ਦਾ ਵਿਰੋਧ ਆਪਣੇ ਆਪਣੇ ਪੱਧਰ 'ਤੇ ਕੀਤਾ ਜਾਵੇ, ਪਰ ਨਾਲ ਹੀ ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਕਿ ਚਾਰ ਸਾਹਿਬਜ਼ਾਦਿਆਂ ਅਤੇ ਹੋਰ ਯਤਨਾਂ ਰਾਹੀਂ ਇਸ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ। ਚਾਰ ਸਾਹਿਬਜ਼ਾਦਿਆਂ ਫਿਲਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਿਰਦਾਰ ਐਨੀਮੇਸ਼ਨ ਤਰੀਕੇ ਦੇ ਨਾਲ ਦਿਖਾਇਆ ਗਿਆ ਅਤੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਵੀ ਵਿਖਾ ਦਿੱਤੇ ਗਏ ਹਨ। ਇਸ ਫਿਲਮ ਨੂੰ ਗੁਰਦੁਆਰਿਆਂ ਵਿੱਚ ਵਿਖਾਇਆ ਗਿਆ ਅਤੇ ਪ੍ਰਚਾਰਕਾਂ ਨੇ ਖੂਬ ਹੱਲਾਸ਼ੇਰੀ ਦੇਈ ਰੱਖੀ, ਜਦੋਂ ਕਿ ਸਿੱਖਾਂ ਦਾ ਸੁਚੇਤ ਵਰਗ ਪਹਿਲਾਂ ਹੀ ਇਸ ਬਾਰੇ ਕਹਿ ਰਿਹਾ ਸੀ ਕਿ ਇਹ ਰਾਹ ਠੀਕ ਸਿੱਧ ਨਹੀਂ ਹੋਵੇਗਾ। ਪਰ ਨਾਲ ਹੀ ਇਸ ਸੰਬੰਧੀ ਵੀ ਗੱਲ ਕਰ ਹੀ ਲਈ ਹੈ ਕਿ ਫਿਲਮਾਂ ਦੇ ਵਰਤਾਰੇ ਤੋਂ ਪਹਿਲਾਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਨੂੰ ਧਾਰਮਿਕ ਅਦਾਰਿਆਂ ਮਾਨਤਾ ਦਿੱਤੀ ਸੀ, ਜਿਸ ਤੋਂ ਸਾਰੀ ਖੇਡ ਸ਼ੁਰੂ ਹੋਈ। ਇਸ ਬਾਰੇ ਪ੍ਰੋਫੈਸਰ ਸਾਹਿਬ ਜੀ ਵੱਲੋਂ ਉਹਨਾਂ ਦੀ ਪੁਸਤਕ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸੋਭਾ ਸਿੰਘ ਚਿੱਤਰਕਾਰ ਦੀ ਬਣਾਈ ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਪ੍ਰਵਾਨ ਕਰਨ ਬਾਰੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਇਸ ਖੇਡ ਦਾ ਹਿੱਸਾ ਬਣ ਤੋਂ ਵਰਜਨ ਬਾਰੇ ਲੇਖ ਪੜਿਆ ਜਾ ਸਕਦਾ ਹੈ। ਪਰ ਅਫਸੋਸ ਹੈ ਕਿ ਤਦੋਂ ਤੋਂ ਲੈ ਕੇ ਸਾਡੇ ਆਗੂ ਅਤੇ ਧਾਰਮਿਕ ਅਦਾਰਿਆਂ ਦੇ ਪ੍ਰਬੰਧਕ ਤਾਨਾਸ਼ਾਹੀ ਤੋਂ ਅੱਜ ਤੱਕ ਮੁਕਤ ਨਹੀਂ ਹੋਏ ਅਤੇ ਆਪਣੇ ਅੜੀਅਲ ਅੜਬ ਅਤੇ ਹੈਂਕੜਬਾਜ਼ ਸੁਭਾਅ ਕਰਕੇ ਸਿਆਣੇ ਵਿਦਵਾਨਾਂ ਅਤੇ ਸਲਾਹ ਦੇਣ ਵਾਲਿਆਂ ਦੀ ਧੇਲੇ ਦੀ ਪ੍ਰਵਾਹ ਨਹੀਂ ਕਰਦੇ। ਤਸਵੀਰਾਂ ਤੋਂ ਗੁਰੂ ਸਾਹਿਬਾਨਾਂ ਦੀਆਂ ਮੂਰਤੀਆਂ ਤੱਕ ਬਣ ਕੇ ਵਿਕ ਰਹੀਆਂ ਹਨ ਅਤੇ ਇਹ ਮੂਰਤੀਆਂ ਕਾਰਾਂ, ਘਰਾਂ ਅਤੇ ਵਪਾਰਕ ਅਦਾਰਿਆਂ ਤੱਕ ਪਹੁੰਚ ਰਹੀਆਂ ਹਨ। ਤਖ਼ਤਾਂ 'ਤੇ ਬੈਠੇ ਅਧਿਕਾਰੀ ਜੋ ਆਮ ਸਿੱਖਾਂ ਦੇ ਨਾਲ ਥਾਣੇਦਾਰਾਂ ਵਰਗਾ ਸਲੂਕ ਕਰਨ ਕਰਕੇ ਪ੍ਰਸਿੱਧ ਹਨ ਅਤੇ ਆਪਣੇ ਲੈ ਗਲਤ ਫੈਸਲਿਆਂ ਕਰਕੇ ਆਪਣੀ ਪਦਵੀ ਅਤੇ ਧਾਰਮਿਕ ਸੰਸਥਾਵਾਂ ਦਾ ਮਾਣ ਘਟਾਉਣ ਦੇ ਦੋਸ਼ੀ ਵੀ ਹਨ, ਇਸ ਖੇਡ ਦਾ ਹਿੱਸਾ ਹਨ। ਇਸਲਾਮ ਦੇ ਵਿੱਚ ਬੁੱਤ ਪ੍ਰਸਤੀ ਅਤੇ ਖਾਸ ਕਰਕੇ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ, ਬੁੱਤ ਅਤੇ ਉਹਨਾਂ ਦਾ ਕਿਰਦਾਰ ਫਿਲਮ ਵਿੱਚ ਕਿਸੇ ਨੇ ਨਿਭਾਇਆ? ਅਜਿਹਾ ਨਹੀਂ ਹੈ ਕਿ ਹਜ਼ਰਤ ਮੁਹੰਮਦ ਬਾਰੇ ਕੋਈ ਫਿਲਮ ਨਹੀਂ ਬਣੀ, ਪਰ ਫਿਲਮ ਨਿਰਮਾਤਾ ਨੇ ਇਸਲਾਮ ਦੀ ਬੁੱਤ ਪ੍ਰਸਤੀ ਬਾਰੇ ਖਿੱਚੀ ਲਕੀਰ ਦਾ ਧਿਆਨ ਰੱਖਦੇ ਹਜ਼ਰਤ ਸਾਹਿਬ ਦਾ ਕਿਰਦਾਰ ਵਿਖਾਇਆ ਹੀ ਨਹੀਂ। ਪਰ ਫਿਲਮ ਵੇਖਣ ਵਾਲੇ ਦਰਸ਼ਕਾਂ ਦੇ ਮਨੋਰੰਜਨ ਪੱਖ ਤੋਂ ਵੀ ਕੋਈ ਫਰਕ ਨਹੀਂ ਪੈਂਦਾ। ਸਾਡੇ ਸਿੱਖ ਅਦਾਰਿਆਂ ਦੇ ਪ੍ਰਬੰਧਕ ਅਤੇ ਆਗੂ ਅੱਜ ਤੱਕ ਇਸ ਬਾਰੇ ਕੋਈ ਨਿਯਮ ਵਾਲੀ ਤੈਅ ਨਹੀਂ ਕਰ ਸਕੇ। ਇਸ ਦਾ ਮਤਲਬ ਇਹ ਨਹੀਂ ਹੈ ਕਿ ਪਹਿਲੀਆਂ ਗਲਤੀਆਂ ਵਾਂਗ ਇਸ ਫਿਲਮ ਨੂੰ ਪ੍ਰਵਾਨ ਕਰ ਲਿਆ ਜਾਵੇ। ਇਸ ਸਾਰੇ ਵਰਤਾਰੇ ਨੂੰ ਜਿੰਨਾ ਹੋ ਸਕੇ, ਜਿਵੇਂ ਹੋ ਸਕੇ, ਵਿਰੋਧ ਦਾ ਕਰਕੇ ਰੋਕਣਾ ਚਾਹੀਦਾ ਹੈ। ਇਸ ਵਰਤਾਰੇ ਦੀ ਨਿਖੇਧੀ ਕਰਨ ਵਾਲੇ ਅਤੇ ਆਪਣੇ ਆਪਣੇ ਵਸੀਲਿਆਂ ਰਾਹੀਂ ਇਸ ਨੂੰ ਨਕਾਰਨ ਵਾਲੇ ਸਾਰੇ ਦਰਦੀਆਂ ਦਾ ਧੰਨਵਾਦ ਕਰਨਾ ਬਣਦਾ ਹੈ ਅਤੇ ਆਓ ਆਪਣਾ ਫਰਜ਼ ਸਮਝਦਿਆਂ ਆਪਣਾ ਸਰਦਾ ਯੋਗਦਾਨ ਪਾਉਂਦੇ ਰਹੀਏ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।